حجت خدا. بسم الله الرحمن الرحيم. اللهم كل ولي كل حجة ابن الحسن صلواتك عليه وعلى آبائه في هذه الساعة وفي كل ساعة. إن شاء الله لمن نهار وليا وحافظا وقائدا وناصرا ودليلا وإننا حتى تسكنه ارض کا تمن متمتے اہو فی ہا طویلا. یا رب محمد وال محمد صلی علی محمد وال محمد واجل فرجا آل محمد. یہ نہ کہو کہ دو شہزادوں کی جنگ تھی. علیک تم سلامت رکھے تھی علی دی راضی ہو جان. بولنا نہ بولنا تیری مرضی. یہ ذکر عبادت ہے. جتھے ساہ لینا عبادت ہے بولنا کیڑی وڈی عبادت. نہ داد میں کدے منگی نہ من ضرورت نہ میری عادت. تو اپنی قبر واسطے بولنا ہے قبر وچ ذاکر نہیں ہونا علی آنا ہے. ہاتھ اچھے سطر مکمل کر سا تو پھر میرے اندازہ ہو سی وہ معیار جڑا لاہور آئی تھی پیا دو بار بار بھی وہ مجلس پڑھنی ہے. وہ جڑی صورت حال آئی تھی اکھان نال ویکھی. لیکن اے انہاں دا اپنا معیار ہے میں کوئی شک نہیں. تو چلو ہوں میں ذرا مزاج بھی ویکدا معیار بھی ویکدا. یہ نہ کہو اے آلی یہ نہ کہو کہ دو شہزادوں کی جنگ تھی. پھر کیا ہائی ان کے ارادے الگ ان کے ارادے الگ ان کے ارادے الگ ان کے ارادے الگ. لکیر کھینچ کے بتلا دیا یہ غازی نے امام زادے الگ ہیں حرام زادے الگ. شاباش شاباش حد چے ہے نہیں پڑھتا جی پڑھتا چمن چمن کلی کلی علی 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 نگر نگر کلی کلی علی شجر کلی کلی جدر جدر ہوا چلی نعرہ حیدری زندگی ہوئے. کل ایک ایکسیڈنٹ ہویا ڈیرا غازی خان جی انجمن نے وہ ماتمی سنگت ہے سیران نے بغداد. ایسی بات ہے سترہ میری چار سنیا بغداد کے اسیر کے سارے اسیر تھے شامل ہویا جی بھائی تھوڑا بولن میرے عقیدے مطابق انہوں نے روح دی بلندی واسطے درجات دی بلندی واسطے. بغداد کے اسیر کے سارے اسیر تھے بخشا انہیں یہ درد ہے زہرا کے چین نے. نوحوں سے انبیاء کو رلانے کے واسطے جنت میں ان سب کو بلایا حسین نے. ہتچے حیدری نوحوں سے انبیاء کو رلانے کے واسطے جنت میں ان سبھی کو بلایا. جی لکھ واری پڑھ دا. بغداد کے اسیر کے سارے اسیر تھے بخشا انہیں یہ درد ہے زہرا کے چین نے. نوحوں سے انبیاء کو رلانے کے واسطے جنت میں ان سبھی کو بلایا حسین نے. حسین ایڈا کریم ہے ایڈا لجپال ہے. قصیدے دا بار بار حکم ہے بھائی دا وی دو چٹ آ گئی ہے. پچھلی دفعہ بھی کو نہیں پڑھیا بھائی اس واری پڑھ جاؤ تھوڑا جا آواز سا نہ کھا میرا ٹھیک کر جی پڑھ دینا. خوش قسمت ہے جڑا
ਬਣ ਜਾਵੇ ਖੁਸ਼ ਕਿਸਮਤ ਹੈ ਜਿਹੜਾ ਬਣ ਜਾਵੇ ਹੁਬਦਾਰ ਅਲੀ ਦਿਆਂ ਪੁੱਤਰਾਂ ਦਾ ਸ਼ਾਬਾਸ਼ 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 ਖੁਸ਼ ਕਿਸਮਤ ਹੈ ਜਿਹੜਾ ਬਣ ਜਾਵੇ ਹੁਬਦਾਰ ਅਲੀ ਦਿਆਂ ਪੁੱਤਰਾਂ ਦਾ ਸਾਨੂੰ ਜਾਨ ਤੋਂ ਪਿਆਰਾ ਲੱਗਦਾ ਏ ਜ਼ਵਾਰ ਅਲੀ ਦਿਆਂ ਪੁੱਤਰਾਂ ਦਾ। ਅਸਲ ਮੈਂ ਇਸ ਵਾਸਤੇ ਕਸੀਦਾ ਛੋੜ ਦਿੱਤਾ ਜੀ, ਕੋਈ ਮੇਰੇ ਸ਼ਗਿਰਦ ਜ਼ਹਿਨ ਜੀਵਨ ਛੋਟਾ ਬੱਚਾ ਕਮਾਲ ਮੌਲਾ ਹੁਸੈਨ ਦੀ ਮਤਾ ਸਰਾਈ ਕਰਦਾ, ਉਸ ਮੈਨੂੰ ਕਿਹਾ ਉਸਤਾਦ ਜੀ ਕਸੀਦਾ ਮੈਂ ਪੜ੍ਹਨਾ ਅਤੇ ਤੁਸੀਂ ਨਹੀਂ ਪੜ੍ਹਨਾ ਮੁੜ ਹਾਲਾਂ, ਮੈਂ ਕਿਹਾ ਤੂੰ ਪੜ੍ਹ, ਮੈਂ ਮੇਰੇ ਨਹੀਂ ਪੜ੍ਹਿਆ। ਰਾਤ ਵੀ ਲਾਹੌਰ ਉਹਨਾਂ ਜ਼ਿੱਦ ਕੀਤੀ ਅਤੇ ਮੈਂ ਦੋ ਸ਼ੇਰ ਪੜ੍ਹੇ ਅਤੇ ਅੱਜ ਬਾਈਆਂ ਆਖਿਆ ਅਤੇ ਮੈਂ ਸ਼ੇਰ ਪੇ ਪੜ੍ਹਾਂ, ਉਹਨਾਂ ਆਖਿਆ ਤਾਂ ਉਹਨਾਂ ਦੇ ਇਹ ਗਿੱਲਾ ਵੀ ਹੋਇਆ ਨਾ ਵੀ ਪਿਛਲੇ ਵਾਰੀ ਨਹੀਂ ਪੜ੍ਹਿਆ ਹੁਣ ਪੇ ਪੜ੍ਹਦਾ। ਤਿਆਰੀ ਕਰੇ ਮਜਲਿਸ ਬਾਈ ਕਰਾਣ, ਇੰਤਜ਼ਾਮੀਆਂ ਕਰਾਏ, ਇਹ ਮਜਮਾ ਸੁਣੇ, ਇਮਰਾਨ ਕਾਜ਼ਮੀ ਪੜ੍ਹੇ, ਇਹ ਨਹੀਂ ਦੱਸ ਸਕਦੇ ਹੁਸੈਨ ਕੌਣ ਹੈ। ਕੋਈ ਸੁੰਨੀ ਫਿਰਾ ਬੈਠਾ ਹੋਵੇ ਵਾਸਤਾ ਹੀ ਸਹਾਬਾ ਦਾ ਲਫ਼ਜ਼ ਮੇਰਾ ਸੁਣੇ, ਕੋਈ ਲੜਾਈ ਨਹੀਂ, ਮੈਂ ਫਿਰ ਪਿਆ ਦਾਂ ਬਾਈ ਕੋਈ ਲੜਾਈ ਨਹੀਂ, ਕਿੱਥੇ ਪਤਾ ਲੱਗਣਾ ਹੁਸੈਨ ਕੌਣ ਹੈ। ਮਜਲਿਸ ਦਾ ਬਾਨੀ ਰੱਬ ਹੋਵੇ ਅੱਗੇ ਸੁਣਦੀ ਪਾਕ ਸਾਡੇ ਚ ਹਾਫਿਜ਼ ਹੁੰਦੇ ਨੇ, ਅੰਨੇ ਨਹੀਂ ਹੁੰਦੇ, ਜ਼ਿੰਮੇਦਾਰੀ ਨਾਲ ਪਿਆ ਦਾ। ਕੋਈ ਲੜਾਈ ਨਹੀਂ, ਕੋਈ ਅਸੀਂ ਸ਼ੀਆ ਕਰਨਾ ਬੰਦਿਆਂ ਨੂੰ, ਸਾਡੇ ਆਪਣੇ ਕਾਬੂ ਨਹੀਂ ਆਉਂਦੇ, ਸਾਨੂੰ ਨਵਾਂ ਬੰਦਾ ਸ਼ੀਆ ਕਰਨ ਦੀ ਲੋੜ ਹੀ ਨਹੀਂ। ਹੁਸੈਨ ਦੀ ਕਸਮ ਅਸੀਂ ਕੋਈ ਨਵਾਂ ਬੰਦਾ ਸ਼ੀਆ ਨਹੀਂ ਕਰਨਾ, ਸਾਡੇ ਆਪਣੇ ਕਾਬੂ ਆ ਜਾਣ, ਬੜੀ ਬਾਤ ਹੈ। ਬਜ਼ੁਰਗੋ ਭਾਈਓ ਜੀ ਬਿਸਮਿਲਾ ਕਰ, ਮੈਂ ਸੱਚੀ ਬਾਤ ਕਰ ਰਿਹਾ। ਪਿਛਲੇ ਭਾਈਓ ਬਜ਼ੁਰਗੋ ਮੇਰੇ ਨਾਲ ਸ਼ਾਮਿਲ ਹੋਵੋ, ਇੱਕ ਬਾਤ ਪੜ੍ਹੀ, ਬੰਦੇ ਤੁਰ ਪਏ ਸਲਮਾਨ ਕੋਲ, ਸਲਮਾਨ ਮਿਹਰਬਾਨੀ ਜੀ ਬਿਸਮਿਲਾ ਕਰਾ, ਸਲਮਾਨ ਇੱਕ ਗੱਲ ਤਾਂ ਦੱਸ, ਇਹ ਰੋਜ਼ ਆ ਕੇ ਆਦੇ ਮੈਂ ਯਤੀਮਾ ਹੈਦਰੀ, ਕਦੇ ਆਦੇ ਮੈਂ ਯਤੀਮਾ, ਕਦੇ ਆਦੇ ਮੈਂ ਮਸਕੀਨ ਹਾਂ, ਕਦੇ ਆਦੇ ਮੈਂ ਅਸੀਰਾਂ। ਹੋ ਸਕਿਆ ਫਿਰ, ਹੋ ਸਕਿਆ ਜਿਹੜਾ ਸ਼ਹੀਦਾਂ ਦੇ ਬੂਹੇ 'ਤੇ ਇੱਕ ਵਾਰੀ ਮੰਗੇ ਫਿਰ ਮੰਗਣ ਦੀ ਲੋੜ ਨਹੀਂ ਪਾਉਂਦੀ, ਇਹ ਰੋਜ਼ ਆ ਜਾਂਦਾ। ਸਲਮਾਨ ਆਦੇ ਤੁਹਾਨੂੰ ਪਤਾ ਹੀ ਨਹੀਂ, ਇਹ ਟੁੱਕਰ ਵਾਸਤੇ ਨਹੀਂ ਆਉਂਦਾ। ਉਹਨਾਂ ਆਖਿਆ ਫਿਰ ਕਿਉਂ ਆਉਂਦੇ, ਕੀਮਤ ਨਹੀਂ, ਇਨਸਾਫ਼ ਚਾਹੀਦੇ। ਸਲਮਾਨ ਆਦੇ ਹਰ ਰੋਜ਼ ਬਦਲ ਕੇ ਨਾਮ ਆਪਣਾ ਸਦਕੇ ਜਾਵਾਂ, ਦਰ ਅਸਲੇ ਕਰਨਾ ਚਾਹੁੰਦਾ ਹੈ ਦੀਦਾਰ ਅਲੀ ਦੇ, ਹੱਥ ਨਾ ਮਨੋ ਜੀ ਜੀ ਲੱਖ ਵਾਰੀ ਜੀ, ਹੱਥ ਚ ਹੈ ਦਰੀ ਹਰ ਰੋਜ਼ ਬਦਲ ਕੇ ਬੋਲਾਮ ਆਪਣਾ ਦਰ ਜ਼ਹਰਾ ਤੇ ਆ ਜਾਂਦਾ ਏ ਰੋਟੀ ਦਾ ਸਿਰਫ ਬਹਾਨਾ ਦੱਸਣਾ ਕਿਉਂ ਆਂਦਾ ਏ ਦਰ ਅਸਲੇ ਕਰਨਾ ਚਾਹੁੰਦਾ ਏ ਦੀਦਾਰ ਅਲੀ ਦਿਆਂ ਪੁੱਤਰਾਂ ਦਾ।
ਮੇਰੇ ਵੱਲ ਵੇਖੀ ਮੇਰੇ ਵੱਲ ਚਾਰ ਦਿਹਾੜੇ ਨਹੀਂ ਗੁਜ਼ਰੇ ਹਰੂਨਾਬਾਦ ਫੋਟੋਬਾਸ ਮਜਲਿਸ ਵਿੱਚ ਮਸਤੂਰਾਤ ਨੂੰ ਮਾਰਿਆ ਗਿਆ ਇੰਤਜ਼ਾਮੀਆ ਮਸਤੂਰਾਤ ਨੂੰ ਮਾਰਿਆ ਉਹ ਜਲੂਸ ਲੈ ਕੇ ਨਿਕਲਦੀਆਂ ਪਈਆਂ ਮਸਤੂਰਾਤ ਦਾ ਜਲੂਸ ਹੈ ਨਹੀਂ ਨਿਕਲਣ ਦਿੱਤਾ ਤੇ ਆਦਨ ਘੋੜਾ ਹੈ ਪੂਰੀ ਦੁਨੀਆ ਚ ਇਮਰਾਨ ਕਾਜ਼ਮੀ ਦਾ ਪੈਗਾਮ ਹੈ ਮੈਂ ਬੰਦੇ ਦਾ ਮੁਹਤਾਜ ਨਹੀਂ ਮੈਂ ਹੁਸੈਨ ਦਾ ਜ਼ਾਕਿਰਾ ਚੈਲੇਂਜ ਨਾਲ ਬਾਤ ਪੇ ਕਰਨਾ ਜਿਨ ਤਕਲੀਫ ਉਹਨੂੰ ਹੋਵੇ ਪਈ ਤੂੰ ਆਨੇ ਘੋੜੇ ਲਾਈ ਪੇ ਚੱਲਦੀ ਪੂਰੀ ਦੁਨੀਆ ਪੇ ਸੁਣਦੀ ਹੈ ਇਨਸ਼ਾਅੱਲਾ ਮੇਰਾ ਪੈਗਾਮ ਪਹੁੰਚ ਜਾਏ ਇਮਰਾਨ ਖਾਨ ਸਾਹਿਬ ਇਹ ਜਿਹੜੇ ਕੁੱਤੇ ਛੋੜੇ ਹੋਏ ਇਹਨਾਂ ਨੂੰ ਆਓ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਰੋਕੋ ਮਸਤੂਰਾਂ ਨੂੰ ਨਾ ਮਾਰਨ ਤੇ ਘੋੜਾ ਨਾ ਆਖਣ ਤੁਸੀਂ ਘੋੜਾ ਨਾ ਖੋਵੇਂ ਦੱਸਣਾ ਜਿਹਨੂੰ ਤੁਸੀਂ ਘੋੜਾ ਪਿਆਦੇ ਹੋ ਇਹ ਕਿਆ ਹੈ ਸ਼ਬੀਰ ਦੀ ਪਾਕ ਸਵਾਰੀ ਕੁਝ ਸੋਚ ਸਮਝ ਕੇ ਭੌਂਕਿਆ ਕਰ ਜਿਹਦਾ ਕਲਮਾ ਮੇਰੇ ਜ਼ੁਮੇ ਇੱਕ ਮੌਜੂ ਹੈ ਹੁਸੈਨ ਦੀ ਬੇਟੀ ਦਾ ਮੈਨੂੰ ਨਹੀਂ ਪਤਾ ਕਿਸੇ ਪੜ੍ਹਿਆ ਜਾਂ ਨਹੀਂ ਪੜ੍ਹਿਆ ਲੇਕਿਨ ਮੈਂ ਨਹੀਂ ਜੀ ਮੌਜੂ ਪੜ੍ਹਨ ਲੱਗਾ ਮੈਂ ਹੁਸੈਨ ਦੀ ਬੇਟੀ ਦਾ ਫਜ਼ਾਇਲ ਪੜ੍ਹਨ ਲੱਗਾ ਮੈਂ ਇਹ ਪਿਆਦਾ ਮੈਨੂੰ ਨਹੀਂ ਪਤਾ ਕਿਸੇ ਪਹਿਲੇ ਫਜ਼ਾਇਲ ਪੜ੍ਹਿਆ ਜਾਂ ਨਹੀਂ ਪੜ੍ਹਿਆ ਲੇਕਿਨ ਆਓ ਅੱਜ ਇਮਰਾਨ ਕਾਜ਼ਮੀ ਤੁਹਾਨੂੰ ਫਜ਼ਾਇਲ ਸੁਣਾਵੇ ਹੁਸੈਨ ਦੀ ਬੇਟੀ ਦੀ ਅਜ਼ਮਤ ਅਲਮ ਤੇ ਮੇਰਾ ਹੱਥ ਹੈ ਏਡਾ ਸਾਰਾ ਜ਼ਿਕਰ ਚਾਹੀਦਾ ਹੈ ਫਜ਼ਾਇਲ ਬਰਦਾਸ਼ਤ ਕਰਨ ਲਈ ਜਿਹਨੂੰ ਦਿਲ ਦਾ ਮਸਲਾ ਉਹਨੂੰ ਛੁੱਟੀ ਜਿਹਦਾ ਅੰਦਰ ਕਮਜ਼ੋਰ ਹੈ ਉਹਨੂੰ ਵੀ ਛੁੱਟੀ ਜਿਹਨੂੰ ਇਲਮ ਦਾ ਹੈਜ਼ਾ ਹੋ ਜਾਏ ਉਹਨੂੰ ਮੈਂ ਦਲੀਲ ਦੇ ਲੈ ਸਾਂ ਸ਼ੁਰੂ ਕਰੀਏ ਕਿ ਸੀਧਾ ਜ਼ਿੰਮੇਦਾਰੀ ਨਾਲ ਪੜ੍ਹਾਂ ਔਰ ਦਲੀਲ ਨਾਲ ਪੜ੍ਹਾਂ ਅੱਲਾਹੁਮਾ ਸੱਲ ਅਲਾ ਮੁਹੰਮਦ ਵਾਲ ਮੈਂ ਫਿਰ ਪਿਆਦਾ ਮੈਂ ਜ਼ਿੰਮੇਦਾਰੀ ਨਾਲ ਪੜ੍ਹਸਾਂ ਔਰ ਹਵਾਲੇ ਨਾਲ ਪੜ੍ਹਸਾਂ ਸਾਇਮ ਚਿਸ਼ਤੀ ਫੈਸਲਾਬਾਦ ਵਾਲੇ ਸੁਨੀ ਉਹਨਾਂ ਦੇ ਬੇਟੇ ਕਿਤਾਬ ਲਿਖੀ ਹੈ ਖੁਤਬਾ ਸਕੀਨਾ ਸ਼ਾਮਲ ਹੋ ਜੀ ਸਾਇਮ ਚਿਸ਼ਤੀ ਫੈਸਲਾਬਾਦ ਵਾਲੇ ਉਹਨਾਂ ਦੇ ਬੇਟੇ ਕਿਤਾਬ ਲਿਖੀ ਖੁਤਬਾ ਸਕੀਨਾ ਉਹ ਕਿਤਾਬ ਕਸੀਦੇ 'ਚ ਪਿਪੜਦਾ ਪਹਿਲਾ ਲਫ਼ਜ਼ ਫਜ਼ੈਲ ਦਾ ਪੜ੍ਹ ਕੇ ਅੰਦਾਜ਼ਾ ਹੋਏਗਾ ਵੀ ਕਸੀਦਾ ਇਹ ਹੀ ਪੜ੍ਹਾਂ ਬੀਬੀ ਦਾ ਜਾਂ ਕਸੀਦਾ ਬਦਲਾਂ ਤਿਆਰੀ ਕਰੀ ਉਹਨਾਂ ਲਿਖਿਆ ਕਰਬਲਾ ਦੇ ਮੈਦਾਨ 'ਚ ਹੁਸੈਨ ਦੀ ਬੇਟੀ 900,000 ਨਾਲ ਬੋਲੀ ਤੇ ਬੋਲੀ ਅੱਬਾਸ ਤੇ ਲੈ ਜਾਏ ਲੈ ਜਾਈਏ ਇੱਕ ਸਬਕ ਲੈ ਜਾਈ ਹੱਥ ਖੋਲੋ ਜੀ ਨਾਰਾਜ਼ ਨਹੀਂ ਹੋਣਾ ਹੱਥ ਖੋਲ ਕੇ ਪੜ੍ਹਾ ਸਬਕ ਲੈ ਜਾਈ ਪੱਲੇ ਬੰਨ ਕੇ ਲੈ ਜਾਈ ਅੱਜ ਇਮਰਾਨ ਕਾਜ਼ਮੀ ਇੱਕ ਮੌਜੂ ਪੜ੍ਹ ਕੇ ਜਾ ਰਹੇ ਤੌਂਸੇ 'ਚ ਤੌਂਸੇ ਦੀ ਧਰਤੀ ਜਿਤਨਾ ਤੁਹਾਡਾ ਮਿਆਰ ਹੈ ਤਰਗੜੇ ਹੋਇਆ ਕਦੇ ਕਰਬਲਾ ਦੇ ਮੈਦਾਨ 'ਚ ਬੋਲੀ ਤੇ ਬੋਲੀ ਕਿਸ ਲੈ ਜਾਏ ਅੱਬਾਸ ਦੇ ਲਹਿਜੇ 900,000 ਨਾਲ ਗਾਜ਼ੀ ਦੇ ਲਹਿਜੇ 'ਚ ਹੁਸੈਨ ਦੀ ਧੀ ਕੁਝ ਗੱਲਾਂ ਕੀਤੀਆਂ ਉਹ ਗੱਲਾਂ ਹੀ ਮੈਂ ਸੁਣਾਉਣੀਆਂ ਸ਼ੁਰੂ ਕਰੀਏ ਕਸੀਦਾ ਜੀ 900,000 ਕੋ ਸ਼ਬੀਰ ਕੀ ਬੇਟੀ ਨੇ ਕਹਾ ਹੈ 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 ਮੈਂ ਜੋ ਵੀ ਕਹੂੰ ਉਸ ਪੇ ਖੁਦਾਵੰਦ ਗਵਾਹ ਹੈ ਮੇਰੇ ਪਾਸੇ ਵੇਖ ਮੈਂ ਮੌਜੂ ਸ਼ੁਰੂ ਕਰ ਬੈਠਾ ਤੁਸੀਂ ਆਖਿਆ ਜੀ ਜੋ ਵੇਖੇ ਵਾਲ ਪੜਿਆ ਉਹ ਪੜੇ ਆਓ ਮੈਂ ਇਹਨਾਂ ਦਾ ਮਿਆਰ ਵੇਖਿਆ ਹੁਸੈਨ ਦੀ 4 ਸਾਲ ਦੀ ਬੇਟੀ 900,000 ਦੇ ਪਾਸੇ ਵੇਖ ਕੇ ਫਰਮਾਇਆ ਹਮ ਅਜ਼ਮਤ ਤਾਕੀਰ ਕੇ ਮਸਜੂਦ ਹੈ ਵੱਲਾ ਜਿਸ ਸ਼ਹਿਰ ਮੇ ਰਹਤੇ ਹੈ ਵਹੀ ਸ਼ਹਿਰ ਮੁਵੱਲਾ ਜਿਸ ਸ਼ਹਿਰ ਮੇ ਰਹਤੇ ਹੈ ਵਹੀ ਸ਼ਹਿਰ ਮੁਵੱਲਾ ਜਿਸ ਸ਼ਹਿਰ ਮੇ ਰਹਤੇ ਹੈ ਵਹੀ ਸ਼ਹਿਰ ਮੁਵੱਲਾ ਹੈ
کفر ہمارے کسی دشمن سے تولا قرآن ہے ہم آل محمد کا مجلہ مشہور ہے ہمارا مسلح ہم جس کا کہے دنیا سے مان لے اللہ میں لکھ واری پڑھ دے ماں تیار ہو صدقے مہربانی جی بات پلے پہ رہی ہے جی میری میں صدقے جاواں اگلی گل ہی کر جاواں تے ذرا متھی پڑھ جاواں سین فرمایا مشہور ہے نبی میں ہمارا مصلی ہم جس کا کہے دنیا اسے مان لے کوئی اللہ بھی ہے یہ کس کو پتا ہے ہائے 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 ہاتھ اونچے حیدری مہربانی جی مہربانی جی یہ توجہ چاہیے ورنہ کوئی اللہ بھی ہے یہ سین فرمایا اسی دسیا آل محمد دسیا وہ ہے انہوں نے آخیا جی سارے متھے تے محراب ہے اسی نمازی ہاں محراب اور نمازی اگر تو سا نہ سمجھیا میں اتنے قصیدہ چھوڑ کے وین کر سا پھر کم از کم میں اگر چھ شبان تے حاضر ہویا 11 بجے میرا ٹائم ہے تو پھر کم از کم میں دو وین کر کے لگا جا سا جی مینوں آکھن کے تے فضائل میں آکھ سا بھی تو سے تے اتنا معیار ہی نہیں میں لفظ کتنے آگ جاواں قتل کیتا اس بندے میرا جنہوں 70 سمجھ آئی تے نہ بولے انہوں نے آخیا سارے متھے تے محراب اسی نمازی حسین دیدی فرمایا ہم جانتے ہیں راز سبھی روز ازل کے ہم جانتے ہیں راز سبھی روز ازل کے ہم جانتے ہیں راز شاباش توجہ ہم جانتے ہیں راز سبھی روز ازل کے ہم مالک و مختار ہیں توحید محل کے ہم مالک و مختار ہیں توحید محل کے لو سن لو ہماری یہ فضیلت بھی سنبھل کے آدم بھی یہاں مانگنے آتا رہا چل کے میرا بھائی تم سب کی جبھی پر جائے مل کے وہ سب ہے میرے بابا کی نالے لکھ لکھ واری پڑھ جی بابا لکھ لکھ واری لکھ لکھ واری پڑھا چلو اگلی سطر بھی پڑھ جائیے سین فرمایا میرا تم سب کی جبھی پر جائے ملکے کافر ہے جو ہم آل محمد سے لڑا ہے کافر ہے جو ہم آل محمد سے لڑا ہے شیر پہ پڑھتا جی شیر چ لفظ مہربانی اولاد دے سر تے قائم رہو شیر چ لفظ آ رہے باٹ یا پھر باقر دوویں بھرا لائیو پہ چلانے تے پوری دنیا پہ وے دی ہوں کیمرا ہلانا ہے رکنا نہیں موڑ دا جاوی متھے بیڑی فوکس کری متھیاں تے وٹ کتھے کتھے شیر ہی اوکھا ہے جی ہاتھ چے بول ہے گلی تونسے دی دھرتی دے حسین دی دھی دے فضائل دی پہاڑ سٹ کے جا رہے ہیں لفظ آ رہے ہیں بانٹ بانٹ تقسیم ونڈن ترے معنی میں دسن جی بانٹ تقسیم ونڈن سمجھ آ گئی وہ 9 لاکھ بول کے پیادے ہر چیز سے کنٹرول ہے کربلا کیوں آئے جلال آیا غازی دے لہجے چ سین فرمایا پوچھیا تے سن بی بی میں طاقت دی میں انہاں نوں بانٹ سمجھاواں تے انہاں نوں طاقت دی میری بانٹ سمجھن
ਉਹਨਾਂ ਆਖਿਆ ਹਰ ਚੀਜ਼ ਤੇ ਕੰਟਰੋਲ ਹੈ, ਇੱਥੇ ਕਿਉਂ ਆਏ? ਸੈਣ ਫਰਮਾਇਆ ਹਮ ਉਸਕੀ ਰਜ਼ਾ ਬਣ ਕੇ ਰਜ਼ਾ ਬਾਂਟ ਰਹੇ ਹੈਂ, ਹਮ ਉਸਕੀ ਰਜ਼ਾ ਬਣ ਕੇ ਰਜ਼ਾ ਬਾਂਟ ਰਹੇ ਹੈਂ, ਅਗਲੀ ਬਾਟ ਸਬਜੀ ਬਾਂਟ ਰਹੇ ਹੈਂ, ਮਾਟੀ ਸੇ ਵੀ ਦੁਨੀਆ ਮੇ ਸ਼ਿਫਾ ਬਾਂਟ ਰਹੇ ਹੈਂ, ਮਾਟੀ ਸੇ ਵੀ ਦੁਨੀਆ ਰਜ਼ਾ ਬਾਂਟ ਰਹੇ ਹੈਂ, ਮਾਟੀ ਸੇ ਵੀ ਦੁਨੀਆ ਮੇ ਸ਼ਿਫਾ ਬਾਂਟ ਰਹੇ ਹੈਂ, ਮਾਟੀ ਸੇ ਵੀ ਦੁਨੀਆ ਮੇ ਸ਼ਿਫਾ ਬਾਂਟ ਰਹੇ ਹੈਂ, ਹਮ ਪਰਚਮ ਗਾਜ਼ੀ ਸੇ ਹਵਾ ਬਾਂਟ ਰਹੇ ਹੈਂ, ਹਮ ਪਰਚਮ ਚਾਰ ਸਤਰਾਂ ਤੁਸੀਂ ਸੁਣੀਆਂ, ਸਾਰੇ ਬੋਲੋ ਹੈਦਰੀ। ਚਾਰ ਸਤਰਾਂ ਮੈਂ ਬਾਂਟ ਦੀਆਂ ਪੜੀਆਂ, ਪੰਜਵੀਂ ਸਤਰ ਸੁਣੇ ਬਾਂਟ ਦੀ, ਔਰ ਕਰੀਮੀ ਵੇਖੀ ਆਲੇ ਮੁਹੰਮਦ ਦੀ। ਖੁਤਬਾ ਪਿਆ ਪੜਦਾ ਸੁਣੀ ਫਿਰ ਆਪ ਲਿਖਦਾ ਸੈਣ ਫਰਮਾਇਆ ਹਮ ਉਸਕੀ ਰਜ਼ਾ ਬਣ ਕੇ ਰਜ਼ਾ ਬਾਂਟ ਰਹੇ ਹੈਂ, ਮਾਟੀ ਸੇ ਵੀ ਦੁਨੀਆ ਮੇ ਸ਼ਿਫਾ ਬਾਂਟ ਰਹੇ ਹੈਂ, ਹਮ ਪਰਚਮ ਗਾਜ਼ੀ ਸੇ ਹਵਾ ਬਾਂਟ ਰਹੇ ਹੈਂ, ਦੁਸ਼ਮਨ ਕੇ ਸਹਿਨ ਮੇ ਵੀ ਗਿਜ਼ਾ ਬਾਂਟ ਰਹੇ ਹੈਂ। ਕੀ ਬਾਤ ਹੈ ਯਾਰ, ਹੈ ਨਹੀਂ। ਅੱਛਾ ਮੈਂ ਇੱਕ ਸਵਾਲ ਪੁੱਛਦਾ, ਨਾਮ ਕੀ ਹੈ ਹੁਸੈਨ ਦੀ ਬੇਟੀ ਦਾ? ਫਾਤਿਮਾ, ਲਕਬ ਸਕੀਨਾ, ਤਸਕੀਨ ਤੋਂ ਸਕੀਨਾ। ਮੇਰੇ ਹੱਥ ਕੋਈ ਬੰਦਾ ਉੱਠ ਕੇ ਆਖਣਾ ਇਮਰਾਨ ਕਾਜ਼ਮੀ ਤੇਰਾ ਸ਼ੇਰ ਜ਼ਾਇਆ ਨਹੀਂ ਕਰਦਾ, ਆਪਣੀ ਜ਼ਿੰਦਗੀ ਦੇ ਦੇ, ਮੈਂ ਦੇ ਦੇਵਾਂ। ਇਤਨਾ ਵੱਡਾ ਸ਼ੇਰ ਪੜੇ, ਨਾਮ ਕੀ ਹੈ? ਸਕੀਨਾ, ਫਾਤਿਮਾ ਨਾਮ ਹੈ, ਲਕਬ ਸਕੀਨਾ। 9 ਲੱਖ ਇੱਕ ਦੂਸਰੇ ਨੂੰ ਪਿਆ ਦੇ, ਨਾਮ ਸਕੀਨਾ, ਸਨ 4 ਸਾਲ, ਬੋਲਦਾ ਅੱਬਾਸ ਏ, ਸਮਝ ਨਹੀਂ ਆ ਰਹੀ। ਸੈਣ ਫਰਮਾਇਆ ਖਬਰਦਾਰ, ਆਪਣੀ ਨਾਪਾਕ ਜ਼ੁਬਾਨ ਚੋਂ ਮੇਰਾ ਨਾਮ ਨਾ ਚਾਓ, ਮੈਂ ਆਪ ਦੱਸਾਂ ਮੈਂ ਕੌਣ ਆ। ਜਾਗੀ ਜਾਗੀ ਜਾਗੀ, ਗੂੰਗਾ ਸਿਰ ਹਲਾਵੇ, ਗੂੰਗਾ ਸਿਰ ਹਲਾਵੇ, ਦੂਸਰੇ ਤੇ ਬੋਲੇ ਬਈ ਮੈਂ ਆਪ ਦੱਸਾਂ ਮੈਂ ਕੌਣ ਆ। ਉਹਨਾਂ ਕਿਹਾ ਤਾਰਫ ਕਰਾਓ, ਹੁਸੈਨ ਦੀ ਧੀ ਫਰਮਾਇਆ ਹੈ, ਇਸਮਤ ਤੌਹੀਦ ਕਾ ਮਈਆਰ ਸਕੀਨਾ 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 ਹੈ, ਨਬੀਓ ਕੋ ਅਤਾ ਕਰਤੀ ਹੈ ਕਿਰਦਾਰ ਸਕੀਨਾ ਹੈ, ਨਬੀਓ ਕੋ ਅਤਾ ਕਰਤੀ ਹੈ ਕਿਰਦਾਰ ਸਕੀਨਾ ਹੈ, ਨਬੀਓ ਕੋ ਅਤਾ ਕਰਤੀ ਹੈ ਕਿਰਦਾਰ ਸਕੀਨਾ, ਬੇਬਸ ਹੈ ਨਾ ਮਜਬੂਰ ਨਾ ਲਾਚਾਰ ਸਕੀਨਾ, ਬੇਬਸ ਹੈ ਨਾ ਮਜਬੂਰ ਨਾ ਲਾਚਾਰ ਸਕੀਨਾ, ਸਰਦਾਰ ਕੀ ਬੇਟੀ ਹੈ ਤੋ ਸਰਦਾਰ ਸਕੀਨਾ ਹੈ, ਸਦਕੇ ਜਾਵਾ ਜੀ, ਮੈਂ ਸਦਕੇ ਜਾਵਾ, ਮੈਂ ਜ਼ਹਰਾ ਹੂੰ ਔਰ ਮੇਰੀ ਬਿਚਾਦਰ ਮੇ ਖੁਦਾ ਹੈ, ਮੈਂ ਜ਼ਹਰਾ ਹੂੰ ਔਰ ਮੇਰੀ ਬਿਚਾਦਰ ਮੇ ਖੁਦਾ ਹੈ, ਮੈਂ ਜ਼ਹਰਾ ਹੂੰ ਔਰ ਮੇਰੀ ਬਿਚਾਦਰ ਮੇ ਖੁਦਾ ਹੈ। ਲੱਖ ਵਾਰੀ ਪੜਦਾ ਜੀ ਮੈਂ, ਬਿਸਮਿਲਲਾ ਕਰਾਂ, ਮੈਂ ਲੱਖ ਵਾਰੀ ਪੜ੍ਹਦਾ ਹੈ, ਲੱਖ ਵਾਰੀ ਬਾਬਾ ਮੈਂ ਲੱਖ ਵਾਰੀ ਪੜ੍ਹਾਂ, ਲੱਖ ਵਾਰੀ ਪੜ੍ਹਾਂ। ਚਲੋ ਇੱਕ ਤੁਹਾਡੇ ਹੁਕਮ ਦੀ ਤਮੀਲ ਵਿੱਚ ਇੱਕ ਵਹਿਣ ਪੜ੍ਹ ਦੇਣਾ, ਕਦੇ ਨਹੀਂ ਪੜ੍ਹਿਆ, ਦਿਲ ਅੱਜ ਪੜ੍ਹ ਜਾਂਦਾ, ਇਸੇ ਬੀਬੀ ਦਾ ਇਸੇ ਹਵਾਲੇ ਨਾਲ। ਤੁਸੇ ਆਲਿਓ ਧਰ ਉਸ ਵੇਲੇ ਖਰਾਇਆ ਜਦੋਂ ਬਾਬਾ ਪਿਆ ਦੇਈ ਲੋਗੋ, ਮੈਂ ਗਰੀਬਾ ਅੱਲਾ ਵੈਣ ਅੱਲਾ ਵੈਣ
ਦਾ ਮੈਂ ਪੜ ਲਵਾਂ ਤੂੰ ਸੁਣ ਲਵੇ ਤਾਰਫ ਕਰਾਉਣ ਦੀ ਬੱਚਾ ਜੋ ਮੈਂ ਤਾਰਫ ਕਰਵੇਂਦੀ ਜਾਵਾਂ ਲੋਕ ਮੇਰੇ ਬਾਬੇ ਨੂੰ ਨਾ ਮਾਰਨ ਮੈਨੂੰ ਗਾਲੀ ਦੀ ਕਸਮ ਹੈ ਦੀਵੇ ਦੀ ਪਈ ਆਈ ਹੈ ਕਮੀ ਨੇ ਹੁਸੈਨ ਦੀ ਅਲਫਾ ਚ ਹੱਥ ਪਾਇਆ ਬਸ ਛੋੜ ਦੋ ਜ਼ੁਲਫੇ ਮੇਰੇ ਬਾਬਾ ਕੀ ਖੁਦਾ ਰਾ ਸੀਨੇ ਪੇ ਉਤਾਰਾ ਫਿਰ ਕੈਸੇ ਹੋ ਬਾਬਾ ਕੇ ਬਿਨਾ ਮੇਰਾ ਗੁਜ਼ਾਰਾ ਜਬ ਜਬ ਮੇਰਾ ਬਾਬਾ ਕੋ ਕਿਤੇ ਚਾਚਨ ਮਾਰਾ ਮਜ਼ਲੂਮ ਰਹਤੇ ਹੋਵੇ ਗਾਦੀ ਕੋ ਪੁਕਾਰਾ ਪਹਿਲੇ ਹੀ ਉਸੇ ਬੇਟੋ ਕਾ ਗਮ ਮਾਰ ਗਿਆ ਹੈ ਸਦਕੇ ਜੀ ਸਦਕੇ ਆਵਾਜ਼ ਥੋੜਾ ਜ਼ਿਆਦਾ ਕਰੀ ਪਿਛਲਾ ਮਾਈਕ ਬੰਦ ਕਰ ਮੈਂ ਪਿਆਰ ਆਜ਼ਾਦ ਦੇ ਬਾਦ ਨਮਾਜ਼ੀ ਸੈਯਦ ਕੀਤਾ ਸ਼ਾਮ ਦੇ ਵਿੱਚ ਐਲਾਨ ਰੋ ਕੇ ਪਿਆਦੇ ਮੇਰੀ ਚੋ ਸਾਲਾਂ ਦੀ ਹਾਏ ਵੋ ਬੇੜਾਈ ਜਿਹੜੀ ਮਰ ਗਈ ਰਚਾ ਜਿਹੜੀ ਮਰ ਗਈ ਵਿੱਚ ਸ਼ਾਬਾਸ਼ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੇਰਾ ਹੋ ਗਿਆ ਬਹੁ ਨੁਕਸਾਨ ਉਹਨੂੰ ਕਫਨ ਸਜਾਦ ਪਵਾ ਨਹੀਂ ਸਕਿਆ ਇਸ ਗੱਲ ਦਾ ਬਹੁ ਅਰਮਾ ਫਲ ਸਜਾ ਪਵਾ ਨਹੀਂ ਸਕਿਆ ਇਸ ਗੱਲ ਦਾ ਬੂ ਅਰਮਾਨ ਸ਼ਾਬਾਸ਼ ਹੌਸਲੇ ਹੌਸਲੇ ਨਾਲ ਹੌਸਲੇ ਹੌਸਲੇ ਨਾਲ ਆਓ ਸਦਕੇ ਇਹੋ ਵੇਲਾ ਜਦੋਂ ਮੈਂ ਆਇਆ ਆਜ਼ਾਨ ਪਈ ਆਉਂਦੀ ਆਈ ਆਜ਼ਾਨ ਦੇ ਬਾਦ ਨਮਾਜ਼ੀ ਸੀਅਦ ਕੀਤਾ ਸ਼ਾਮ ਦੇ ਵਿੱਚ ਲਾਣੇ ਮੇਰੀ ਚੋਂ ਸਾਲਾਂ ਦੀ ਆਏ ਵੋ ਬੇੜਾਈ ਜਿਹੜੀ ਮਰ ਗਈ ਵਿੱਚ ਚੋਂ ਸਾਲਾਂ ਦੀ ਆਏ ਵੋ ਬੇੜਾਈ ਜਿਹੜੀ ਮਰ ਗਈ ਵਿੱਚ ਸ਼ਾਬਾਸ਼ ਕੋਈ ਆਣ ਸ਼ਰੀਕ ਜਨਾਜ਼ਾ ਹੋਵੇ ਮੇਰਾ ਹੋ ਗਿਆ ਬਹੁ ਨੁਕਸਾਨ ਉਹਨੂੰ ਕਫਨ ਸਜਾ ਪਵਾ ਨਹੀਂ ਸਕਿਆ ਇਸ ਗੱਲ ਦਾ ਬੂ ਅਰਮਾ ਬੜੇ ਹੌਸਲੇ ਨਾਲ ਬਈ ਇੱਕ ਮੁਕਾਨ ਹੋ ਜਾਵੇ ਇੱਕ ਯਾਦਗਾਰ ਮੁਕਾਨ ਹੋ ਜਾਵੇ ਦੀਆਂ ਅਲੀ ਦੀਆਂ ਰਾਜ਼ੀ ਹੋ ਜਾਣ ਮੈਂ ਨਵੇਕਲਾ ਜਾ ਕੇ ਨਾ ਹੁਸੈਨ ਦੀ ਧੀ ਦਾ ਮੇਰਾ ਦਿਲ ਲਿਆ ਤੈਨੂੰ ਹੁਸੈਨ ਦੀ ਧੀ ਦੇ ਉਹ ਦੁੱਖ ਦੱਸਾਂ ਜਿਹੜੇ ਜ਼ਾਕਰੀਨ ਤੇਰੇ ਡਰ ਤੋਂ ਨਹੀਂ ਪੜਦੇ ਜ਼ਿੰਦਗੀ ਦਾ ਨਹੀਂ ਪਤਾ ਹੁਸੈਨ ਦੀ ਭਾਈਵਾਲ ਏ ਆਲੀਆ ਸੱਜਾਦ ਦੀ ਭਾਈਵਾਲ ਏ ਸਕੀਨਾ ਤੋਂ ਸਿਆਲਿਆ ਮੈਨੂੰ ਪੁੱਛ ਭਾਈਵਾਲੀ ਕਿਵੇਂ ਕੀਤੀ ਸ਼ਾਮ ਦੇ ਬਾਜ਼ਾਰ ਈ ਸੱਜਾਦ ਨੂੰ ਪਈ ਅਦੀ ਰਤ ਨਾ ਰੋ ਸੱਜਾਦ ਅਦਰ ਕਿਉਂ ਹਾਏ ਕਰੀ ਨਾ ਲਲਾ ਮਮਨ ਗਵਾ ਪੜ ਜੇ ਸੱਜਾਦ ਅਦਰ ਕਿਉਂ ਰੁਕੇ ਨਹੀਂ ਅਦੀ ਇਹ ਗੱਲ ਤੇ ਦੱਸ ਇਸ ਭਰੇ ਬਾਜ਼ਾਰ ਚ ਅਗਰ ਮੈਂ ਮਰ ਗਈ ਮੈਂ ਤੇ ਤੂੰ ਚਾਲ ਇਸੇ ਸੱਜਾਦ ਏ ਦੱਸ ਅਗਰ ਤੂੰ ਮਰ ਗਿਆ ਕੌਣ ਏ ਜਿਹੜੀ ਤੇਰੇ ਚਾਹ ਕੇ ਸਾਬਾ ਅਲੀ ਦੀ
ਅਜੀਤ ਸਦਕੇ ਜਾਵਾਂ ਇਹ ਤੇ ਭਾਈਵਾਲ ਬਣੇ ਇਹ ਭਾਈਵਾਲ ਬਣੀ ਮੇੜ ਬੁਲੰਦ ਕਰੀ ਜ਼ਿੰਦਗੀ ਦੇ ਲਈ ਬੰਦਾ ਕਿਹੜੇ ਕੋਟ ਤੇ ਮੁੱਕ ਜਾਵੇ ਹਜ ਬਸ ਇਤਨੀ ਹੈ ਬਸ ਸੱਚੇ ਹਜਵਾਨੀ ਰਜਵਾਣੇ ਸਜਾਦ ਅਗਰ ਤੂੰ ਮਰ ਗਿਆ ਕੌਣ ਚੈਸੀ ਤੈਨੂੰ ਦਫ਼ਨ ਕੌਣ ਕਰੇ ਸੀ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਬੈਠੇ ਹੋ ਅਗਲਾ ਸਵਾਲ ਖਸੂਸਨ ਫਿਰਾ ਸਮਝਣ ਜਿਹੜੇ ਬੇੜੀ ਦੇ ਫਿਰਾ ਔਰ ਬਹਿਣਾ ਸਮਝਣ ਜਿਹੜੀਆਂ ਮੁਤਮਈਨ ਬੈਠੀਆਂ ਫਿਰਾ ਮਜਲਿਸ ਵਿੱਚ ਮੌਜੂਦ ਹਨ ਅਲਮ ਤੇ ਮੇਰਾ ਹੱਥ ਹੈ ਸਜਾਦ ਨੂੰ ਆਦੀ ਤੂੰ ਰੱਤ ਕਿਉਂ ਰੋਨੇ ਮੈਂ ਕੋਈ ਕਫਨ ਮੰਗਣਾ ਹੈ ਸਜਾਦ ਆਖਿਆ ਕਿਉਂ ਆਦੀ ਆਦੀ ਕਫਨ ਮੰਗੀਂਦੇ ਵਸਦੇ ਫਿਰਾਵਾਂ ਤੋਂ ਉਹ ਤੂੰ ਸ਼ਾਮੇ ਗਰੀਬ ਸ਼ਾਬਾ ਸ਼ਾਬਾ ਜੋ ਤੈਨੂੰ ਲੁੱਟ ਪੈ ਗਈ ਉਹ ਤੈਨੂੰ ਕਾਤਲ ਲੁੱਟ ਕੇ ਲੈ ਗਏ ਸ਼ਾਮ ਦੀ ਨਗਰੀ ਹੱਲਿਆ ਬਾਬਾ ਤੇਰੇ ਕਾਤਲਾਂ ਦੀਆਂ ਦਹੀਆਂ ਠੰਡਾ ਪਾਣੀ ਪੀਂਦੀਆਂ ਬਾਬਾ ਮੈਂ ਦਹੀ ਵੀ ਤੇਰੀ ਬਾਬਾ ਮੈਂ ਪਾਣੀ ਮੰਗਦੀ ਹਾਂ ਮੈਂ ਨਹੀਂ ਦਿੰਦੇ ਹੈਵਾਨਾਂ ਨੂੰ ਦਿੰਦੇ ਆਖਾ ਜੁਮਲਾ ਜੀ ਮੇਰਾ ਨਹੀਂ ਜੁਮਲਾ ਮੇਰੇ ਕੋਲ ਅਲਮ ਤੇ ਹੱਥ ਰੱਖਾ ਉਹ ਜੁਮਲਾ ਮੇਰਾ ਨਹੀਂ ਅੱਲਾ ਦਰਜਾਤ ਬੁਲੰਦ ਕਰੇ ਗਜ਼ਨ ਫਰਵਾਸ ਗੋਂਦਲ ਦੇ ਇਹ ਜੁਮਲਾ ਉਹਨਾਂ ਦਾ ਸਿਆਲਕੋਟ ਤੇ ਪੜਦਾ ਤੁਸੀਂ ਉਸ ਦਿਨ ਲਾਹੌਰ ਮੌਜੂਦ ਹੋ ਜ਼ਖਮੀ ਹਨ ਮਾਤਮੀ ਚੱਲ ਮੈਂ ਇੱਥੇ ਸਮਝਾ ਲਵਾਂ ਜੁਮਲਾ ਲਾਹੌਰ ਸਿਆਲਕੋਟ ਤੇ ਪੜਦਾ ਉਸ ਮੇਰੇ ਬਾਅਦ ਪੜ੍ਹਨਾ ਮੈਨੂੰ ਦੱਸਈਏ ਤੇ ਇੱਕ ਜੁਮਲਾ ਪੜ੍ਹ ਮੈਂ ਕਿਹਾ ਦੱਸੋ ਉਸ ਜੁਮਲਾ ਆਖਿਆ ਮੈਂ ਮਿੰਬਰ ਤੇ ਪੜ੍ਹਿਆ ਨਹੀਂ ਮੈਂ ਛੋੜ ਕੇ ਤੁਰ ਪਿਆ ਦਰਵਾਜ਼ੇ ਤਾਂ ਗਿਆ ਤੇ ਰੋਂਦਾ ਪਿੱਛੇ ਆ ਗਿਆ ਮੈਨੂੰ ਉਹਦੇ ਮਿੰਬਰ ਤੇ ਆ ਕੇ ਜੁਮਲਾ ਪੜ੍ਹ ਤੂੰ ਸਹੀ ਹੈ ਤੇ ਤੂੰ ਪੜ੍ਹ ਸਕਦਾ ਅਸੀਂ ਉਮਤੀ ਅਸੀਂ ਨਹੀਂ ਪੜ੍ਹ ਸਕਦੇ ਮੈਂ ਕਿਹਾ ਦੱਸੋ ਚੱਲ ਮੈਂ ਪੜ੍ਹ ਲਵਾਂ ਤੂੰ ਸੁਣ ਲਵੇਂ ਆਦਾ ਸ਼ਾਮ ਦੇ ਦਿੰਦਾ ਹੁਸੈਨ ਦੀ ਧੀਰੋ ਕਦੀ ਬਾਬਾ ਤੇਰੇ ਕੱਪੜੇ ਅਰਸ਼ਾਂ ਤੋਂ ਆਏ ਅੱਖੀ ਖੋਲ ਤੇ ਧੀ ਦਾ ਚੋਲਾ ਵੇ ਬਾਬਾ ਤੂੰ ਦੁਆਏ ਦੀ ਮਜਲਿਸ ਜਿਹੜਾ ਬੰਦਾ ਹਾਏ ਨਹੀਂ ਕਰ ਸਕਿਆ ਬਾਬਾ ਤੂੰ ਗਲੀਲ ਦੇ ਪਰਾਂ ਤੋਂ ਸੁਣ ਜੀ ਸਦਕੇ ਜੀ ਜੀ ਸਦਕੇ ਪੁੱਤਰਾਂ ਦੀ ਖੈਰ ਹੋਵੇ ਜਵਾਨੀਆਂ ਰਾਜਵਾਣਾ ਹਾਲਾਤ ਦੇ ਸਿਰ ਤੇ ਉਸਤਾ ਮੈਂ ਸਦਕੇ ਜਾਵਾਂ ਜੀ ਮੈਂ ਸਦਕੇ ਜਾਵਾਂ ਇਨਸ਼ਾਅੱਲਾ ਮੈਂ ਪੜ੍ਹ ਲਵਾਂ ਤੂੰ ਸੁਣ ਲਵੇਂ ਐਸੇ ਵੇਣ ਕਰਿਆ ਨਗਰੀ ਹੱਲਿਆ ਹੌਸਲਾ ਮੇਰਾ ਭਾਈ ਹੌਸਲਾ ਬਾਬਾ ਹੌਸਲਾ ਬਾਬਾ ਤੂੰ ਜਬਰੀਲ ਦੇ ਪਰਾਂ ਤੋਂ ਸਮਝ ਰਹੀ ਆ ਅੱਖੀ ਖੋਲ ਤੇ ਮੇਰਾ ਬਿਸਤਰ ਵੇ ਇੱਕ ਜੁਮਲਾ ਹੋਰ ਪੜਾਂ ਜੀ ਜੁਮਲੇ ਦੀ ਇਜਾਜ਼ਤ ਦੇਵੇ ਨਗਰੀ ਹੱਲਿਆ ਸਿਪਾਹੀ ਅਜ਼ੀਜ਼ ਨੂੰ ਆਦੇ ਨੌਕਰੀ ਨਹੀਂ ਕਰਨੀ ਕਿਉਂ ਇੱਕ ਬੱਚੀ ਰੋਂਦੀ ਹੈ ਰੋਂਦੀ ਅੱਜ ਰਾਤ ਵੇਲੇ ਉਦੋਂ ਰੋਂਦੀ ਲੱਗਦਾ ਕਿਆਮਤ ਆਵੇ ਸੀ ਹੁਣ ਚੁੱਪ ਕਰਾ ਜਿਹੜੇ ਵੇਹਣੀ ਦੇ ਬਿਰਾ ਬੈਠੋ ਆਦੇ ਜਾਓ ਸਿਪਾਹੀ ਨੂੰ ਲੈ ਆਓ ਕੈਦੀ ਨੂੰ ਲੈ ਆਓ ਸਿਪਾਹੀ ਨੂੰ ਆਦੇ ਜਾ ਕੈਦੀ ਨੂੰ ਲੈ ਆ ਸਿਪਾਹੀ ਗਿਆ ਮੈਨੂੰ ਨਹੀਂ ਪਤਾ ਉਹ ਕਿਵੇਂ ਲੈ ਆਇਆ ਇਸ ਅੰਦਾਜ਼ ਨਾਲ ਆਇਆ ਜੋ 18 ਬਿਰਾਵਾਂ ਦੀ ਲਾ ਵਾਰਸ ਬਹਿਣ ਉੱਠੀ ਪੜ ਗਿਆ ਜੀ ਮੈਂ 18 ਬਿਰਾਵਾਂ ਦੀ ਲਾਵਾਰਸ ਹੁਣ ਜਿਹੜੇ ਬਜ਼ੁਰਗੋ ਜਿਹੜੇ ਸੋਚ ਚੋ ਮੇਰੇ ਕੋਲ ਪੁੱਛੋ ਲਾਵਾਰਸ ਕਿਉਂ ਆ ਕਈ ਵਾਰਸਾਂ ਵਾਲੀ ਉਹ ਹੁੰਦੀ ਹੈ ਜਿਹਦਾ ਮਈਅਤ ਫਿਰਾ ਚਵਣ ਜਿਹਦਾ ਮਈਅਤ ਫਿਰਾ ਨਾ ਚਵਣ ਲੋਕ ਅਦਰ ਵਾਰਸ ਨਹੀਂ ਆਏ ਬੇਵਾਰਸ ਹੈ ਅੱਲਾ ਮਾਤਮ ਕਬੂਲ ਕਰੇ ਬਈ ਕਿਆ ਬਾਤ ਹੈ ਕਿਆ ਬਾਤ ਹੈ ਧੀਆਂ ਲਈ ਦੀਆਂ ਰਾਜੀ ਹੋ ਜਾਣ ਥੋੜੀ ਮਿਹਨਤ ਕਬੂਲ ਹੋਵੇ ਸਜਾਦ ਕੇ ਤਿਆਰ ਹੈ ਕੁੱਪੀ ਅੰਮਾ ਦਰਬਾਰ ਬੀਬੀ ਅਦੀ ਜੱਦਾਂ ਦੀ ਦਰਬਾਰ ਵਿੱਚੋਂ ਮੇਰੀ ਮਾਂ ਖਾਲੀ ਵੱਲੀ ਹੈ ਨਾ ਮੈਨੂੰ ਮੁਸਲਮਾਨਾਂ ਤੇ ਇਤਬਾਰ ਨਹੀਂ ਰਿਹਾ ਸਜਾਦ ਅਦੇ ਫੁੱਪੀ ਅੰਮਾ ਮੈਂ ਇਮਾਮ ਆ ਮੈਂ ਜਾਣਦਾ ਯਜ਼ੀਦ ਮੇਰਾ ਕਾਤਲ ਨਹੀਂ ਬੀਬੀ ਅਦੀ ਫਿਰ ਵੀ ਮੈਂ ਮਾਂ ਤੇ ਹਾਂ ਨਾ ਜੁਮਲ ਤੁਹਾਡੀ ਸਾਈਂ ਕਢਾਵਾਂ ਜੀ ਇੱਕ ਜੁਮਲਾ ਔਖਾ ਪੜ ਗਿਆ ਮੇਰਾ ਇਮਾਮ ਦਰਬਾਰ ਵਿੱਚ ਹੈ ਤੇ ਕੁੱਤੇ ਦਾ ਬੱਚਾ ਉੱਚੀ ਬੋਲ ਕੇ ਅਦੇ ਸਜਾਦ ਇਹ ਜਿਹੜੀ ਬੱਚੀ ਰੋਂਦੀ ਕਿਆ ਲੱਗਦੀ ਹੈ ਰੋ ਕੇ ਇਮਾਮ ਪਿਆ ਦਿਨ ਉੱਥੇ ਕੋਈ ਹਿੱਕ ਰੋਂਦੀ ਹੈ ਸਜਾਦ ਜਿਹੜੀ ਬਾਬਾ ਬਾਬਾ ਕਰਕੇ ਰੋਂਦੀ ਫਰਮਾਇਆ ਮੈਂ ਗਰੀਬ ਦੀ ਭੈਣ ਹੈ ਕਮੀਨਾ ਉੱਚੀ ਬੋਲ ਚੱਲ ਚੁੱਪ ਕਰਾਂ ਮੇਰੇ ਸਿਪਾਹੀ ਪਰੇਸ਼ਾਨ ਹੈ ਸਈਦ ਆਦੇ ਮਸ਼ਵਰਾ ਦੇਣਾ ਫਿਰ ਨਹੀਂ ਰੋਂਦੀ ਬਜ਼ੁਰਗ ਜ਼ਾਕਿਰ ਪੜਦੇ ਹੁੰਦੇ ਨਾ ਦੇ ਮਸ਼ਵਰਾ ਸਈਦ ਆਦੇ ਮੇਰੇ ਬਾਬੇ ਦਾ ਸਰ ਦੇ ਫਿਰ ਨਹੀਂ ਰੋਂਦੀ ਆਦੇ ਕਿਆ ਗਰੰਟੀ ਹੈ ਨਹੀਂ ਰੋਂਦੀ ਰੱਤ ਵੱਧ ਗਈ ਤੇ ਰੋ ਕੇ ਪਿਆ ਦਿਨ ਨਾ ਹੋ ਸੀ ਅੱਲਾ ਮਾਤਮ ਕਬੂਲ ਕਰੇ ਤੋੜ ਤਈ ਬੰਦੇ ਮਾਤਮ ਵਿੱਚ ਕਰਦਰ ਵੇਣ ਵਿੱਚ ਕਰਦਰ ਨਾ ਹੋ ਲੱਭ ਮੂੰਹ ਦਾ ਪੁਰਸ਼ ਕਬੂਲ ਕਰੇ ਨਾ ਹੋ ਸੀ ਤੇ ਨਾ ਰੋਸੀ ਮੈਨੂੰ ਨਹੀਂ ਪਤਾ ਉਹ ਕਿਵੇਂ ਲੈ ਆਇਆ ਦਾ ਜਾ ਹੁਸੈਨ ਦਾ ਸਰ ਲੈ ਆ ਇਹ ਗਿਆ ਹੁਸੈਨ ਦਾ ਸਰ ਲੈ ਕੇ ਤੁਰਿਆ ਅੱਜ ਮੇਰਾ ਦਿਲ ਇੱਕ ਸੁਣੀ ਮੇਰਾ ਮਜਲਿਸ ਵਿੱਚ ਬੈਠੇ ਤੇ ਮੈਂ ਹੁਸੈਨ ਦੇ ਸਰ ਦੀ ਹਾਲਤ ਦੱਸਾਂ
جو نہیں سمجھ آئی تو لفظ بدل کے آکھا رسول دے پتر دے سر دی حالت دساں. او میرا بھائی تینوں واسطے ہی صحابہ دا جن توں مننے میرا جملہ سنی. حسین دا سر حالت کی سجے دیا ظلف کھبے کھبے دیا سجے داڑی دے اکبر دے اسفر دا خون چہرے تے کربلا دی دھون ابرو بتے ہوئے ہونٹ زخمی تماچیاں دے نشان تیرا دے نہیں آیا. او بندہ مجلس جڑا ماتم نہیں کر سکیا جے ایک لفظ سمجھے تم سے اللہ دے میں پیا دا قران دی جلد پھٹی ہوئی. شاباش شاباش جی پتراں دی خیر ہوئے اور تھوڑے ہاتھ باہے کڑی جسم پیوست ہو گئی ہاتھ سیدھے کیتے پیو دا سر اتنے رکھیا اپنی آبا ایک دم من پیا پیو دے سر دی نا چہرے تو دھوڑ صاف شروع. بابا 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 میں سجا او میرا پیچھے تو بھول نہ کھڑا بابا او میرا جگ پردیسی بابا او میرا کائنات دا نواب بابا او میرا تسا بابا اے پتر پیو نہ گلا پہ گلا ویڑ قبول کرے. حسین سے سامنے رکھا ہوئی دھوڑ حسین دی آنکھاں کھلیاں انج رکھا تے پوس پیاں. بابا کیوں روندے ہو سجاد تیری داڑھی چٹی سجاد تیری کمر جھک گئی ادے بابا داڑھی تے تواڈی وی چٹی سجاد میں اکبر چایا میں قاسم چنیا میں اصغر دفنایا ادے بابا کربلا دے میدان پتر دے سینے جو برچی دا پھل کڈنا سوکھا اے ماں نال کدے اس بازار کدے اس بازار ادے بابا لوک پتھر مار کر چاچا آباد. اللہ
मैं तेरी मिन्नत नहीं की थी। और तेरी मिन्नत कर दा। कोई बंदा बुए ते आके हाथ बन्ने, सियाने बंदे नू हाथ बन्ने नहीं देंदे। खुसूसन कोई मेहमान होवे ते जद्दी पुश्ती लोग नू हाथ नहीं बन्न देंदे। मैं तेरे बुए ते आ खड़ा, तेरा मेहमान आ हुसैन दावार, हुण मैं हाथ बन्ने न, क्यों हाथ बन्ने न? मैनू माफी दे दई, लुकावा ना हुसैन दी धी दे ओ दुख बड़ा। जेड़े जाकरीन तेरे डर तो नहीं पड़दे, कोई मर्द है मर जाए उस दिन जड़ी मातमिया दी हालत आई तुसी आप दिखी है। चल मैं पढ़ लवा, मेरा इमाम सर लेके तुर पिया कमीना दे सजा। अगर सर नू किसी होर, दो मिनट मेरे पास रहे, अगर सर नू किसी होर बीबी हाथ लाया सजाद मैं तेरी कान ते जुलम करे सा। मेरे इमाम तुर पिया दे नाम दे दरवाजे ते आया, हर बीबी उठी पई आदी बिस्मिल्ला मेरे वीर दा सर मिंदे, कोई आदी बिस्मिल्ला मेरे वारिस दा सर मिंदे। पाकर दा बाबा ने सोच के चोया है मेरी कंड जख्मी है, सो मैं सलाम पे करदा सर हर जा वेख मेरे पासे, सोच के चोया है मेरी कंड जख्मी है, मैं शामे गरीब दा लुटोया कितने मेरी मासूमा दीवार नाल, मासूमा जल्दी आ बाबा मिलन आई, ओ मेरीया मावा बहना तोडे हिस्से दी सदा चाहिए। आदा रोके प्यादे कछड़ी नहीं चढ़ा।